ਅਜੇ ਤੱਕ ਕੰਗਲਾਂ ਨੂੰ ਘੇਰਾ ਪਾਏ ਉਹਨੂੰ ਪੁਲਿਸ ਅਧਿਕਾਰੀ ਪੂਰੀ ਕੀਰਤਪੁਰ ਸਾਹਿਬ ਦੀ ਪੁਲਿਸ ਬੁਰਗਾ ਸਾਹਿਬ ਪਹੁੰਚ ਚੁੱਕੀ ਆ। ਆਹ ਦੇਖੋ ਪੂਰਾ ਤੁਸੀਂ ਦੇਖ ਸਕਦੇ ਬੀਬੀਆਂ ਦਾ ਪੂਰਾ ਜੋਸ਼। ਇਹ ਆਪਣੇ ਆਪ ਨੂੰ ਜੋ 100 ਰੁਪਏ ਦਿਹਾੜੀ ਵਾਲੀ ਦੱਸਦੀ ਸੀਗੀ, ਹੁਣ ਬੀਬੀਆਂ ਕਹਿੰਦੀਆਂ 500 ਰੁਪਏ ਦਿਹਾੜੀ ਦੇਵਾਂਗੇ ਇਹਨੂੰ, ਆਓ ਇੱਥੇ 1 ਘੰਟੇ ਦਾ 500 ਰੁਪਇਆ ਦਿੱਤਾ ਜਾਵੇਗਾ। ਸੋ ਇਹਨਾਂ ਨੂੰ ਹੁਣ ਪਤਾ ਲੱਗ ਜਾਣਾ ਚਾਹੀਦਾ ਬੀਜੇਪੀ ਵਾਲਿਆਂ ਨੂੰ, ਅਤੇ ਇਹ ਛੇਤੀ ਛੱਡਿਆ ਨਹੀਂ ਜਾਊਗਾ ਇਹਨੂੰ, ਜਦ ਤੱਕ ਇਹ ਬਾਹਰ ਗੱਡੀ 'ਚੋਂ ਨਿਕਲ ਕੇ ਮਾਫ਼ੀ ਨਹੀਂ ਮੰਗ ਲੈਂਦੀ, ਜਦ ਤੱਕ ਇਹਨੂੰ ਵਿੱਚੇ ਕੈਦ ਰੱਖਿਆ ਜਾਊਗਾ। ਹੁਣ ਤੁਸੀਂ ਦੇਖਦੇ ਹੋ ਪੂਰਾ ਇਲਾਕਾ ਛਾਣ ਮੇਰਾ ਇਹਨਾਂ ਦਾ ਬਹੁਤ ਸਿਕਿਉਰਟੀ ਦੇ ਨਾਲ, ਆਹ ਦੇਖ ਸਕਦੇ ਹੋ ਤੁਸੀਂ। ਆਹ ਦੇਖੋ ਪੁਲਿਸ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤੁਸੀਂ ਦੇਖ ਸਕਦੇ ਹੋ। ਪਰ ਜਦ ਤੱਕ ਇਹ ਮਾਫ਼ੀ ਨਹੀਂ ਮੰਗਦੀ ਉਦੋਂ ਤੱਕ ਇਹ ਕੰਮ ਜਾਰੀ ਰਹੇਗਾ, ਜਦ ਤੱਕ ਇਹ ਮਾਫ਼ੀ ਨਿਕਲਦੇ ਨਹੀਂ ਮੰਗਦੀ ਉਦੋਂ ਤੱਕ ਇਹ ਕੰਮ ਜਾਰੀ ਰਹੇਗਾ। ਤੁਸੀਂ ਦੇਖਦੇ ਹੋ ਇਹ ਬੁੰਗਾ ਸਾਹਿਬ ਤੋਂ ਸਿੱਧੀਆਂ ਤਸਵੀਰਾਂ, ਬੁੰਗਾ ਸਾਹਿਬ ਤੋਂ ਸਿੱਧੀਆਂ ਤਸਵੀਰਾਂ। ਹੁਣ ਕਿਤੇ ਨਹੀਂ ਜਾਣ ਦਾ ਮੌਕਾ ਮਿਲਣਾ, ਇਹ ਪਿੱਛੇ ਨੂੰ ਬੈਕ ਕਰਕੇ ਗੱਡੀ ਲਿਜਾਣ ਦੀ ਕੋਸ਼ਿਸ਼ ਕਰ ਰਹੀ ਆ, ਇੱਦਾਂ ਥੋੜ੍ਹਾ ਗੱਡੀ ਪਿੱਛੇ ਨਹੀਂ ਜਾਏਗੀ। ਹੁਣ ਇਹ ਜਿਹੜੀ ਕੰਗਣਾ ਕਹਿੰਦੀ ਸੀ ਮੈਂ ਲੋਕਾਂ ਦਾ, ਪਹਿਲਾਂ ਗੱਲ ਕਰੇ ਬੀਬੀਆਂ ਦੇ ਨਾਲ, ਬੀਬੀਆਂ ਨਾਲ ਗੱਲ ਕਰੇ, ਉਹਦੇ ਬਾਅਦ ਇਹ ਦੇਖ ਲਓ ਤੁਸੀਂ ਆਟਰਾ ਮਕਬੂਲਾ ਜਾਮ, ਪੂਰਾ ਇਲਾਕਾ ਦੇਖ ਸਕਦੇ ਹੋ ਲੋਕਾਂ ਨੇ ਕੰਗਣਾ ਨੂੰ ਸਭ ਦਿਖਾਉਣ ਵਾਸਤੇ। ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਰੋਪੜ ਜ਼ਿਲ੍ਹੇ ਤੋਂ ਕਿਸਾਨਾਂ ਨੂੰ ਇਹ ਦੀ ਸੋਹ ਮਿਲ ਗਈ ਸੀ ਕਿ ਕੰਗਣਾ ਜਾ ਰਹੀ ਹੈ, ਉਹ ਦੇਖ ਸਕਦੇ ਹੋ ਉਸਦੀਆਂ ਗੱਡੀਆਂ ਵੀ ਫਟਾਫਟ ਪਹੁੰਚ ਗਈਆਂ ਨੇ, ਇਹ ਦੇਖ ਸਕਦੇ ਹੋ ਲਾਈਵ ਤੋਂ ਸਿੱਧਾ ਦਿਖਾ ਰਹੇ ਹਾਂ ਇਹਦੇ ਵਿੱਚ। ਹੁਣ ਦੇਖੋ ਦੇਖੋ ਪੁਲਿਸ ਦੀ ਵੀ ਕੋਈ ਪੇਸ਼ੀ ਜਾਰੀ ਕਰਨਾ ਦੇ ਸਾਹਮਣੇ, ਬੇਸ਼ੱਕ ਮੋਦੀ ਨੇ ਆਪਣੇ ਕਾਨੂੰਨ ਵਾਪਸ ਲੈ ਲਏ, ਜਦ ਤੱਕ ਇਹ ਮਾਫ਼ੀ ਨਹੀਂ ਮੰਗਦੀ ਉਦੋਂ ਤੱਕ ਇਹਨੂੰ ਛੱਡਿਆ ਨਹੀਂ ਜਾਵੇਗਾ। ਧੰਨਵਾਦ ਜੀ। ਹਾਂਜੀ ਲਗਭਗ